ਮੈਂ ਜਸਵਿੰਦਰ ਕੌਰ, ਪਿੰਡ ਚੱਲਣ, ਸਾਬਕਾ ਸਰਪੰਚ। ਮੈਂ ਆਪਣੇ ਪਿੰਡ ਦੇ ਜੀ ਭਲਾਈ ਵਾਸਤੇ, ਲੋਕ ਸੇਵਾ ਵਾਸਤੇ, ਪਿੰਡ ਦੀ ਸੇਵਾ ਵਾਸਤੇ ਬਿਨ ਘਰਾਂ ਨੂੰ ਥਾਂ ਦਿੱਤੇ, ਘਰ ਦਿੱਤੇ, ਔਰ ਮੈਂ ਗਲੀਆਂ ਸੜਕਾਂ ਸਾਰੀਆਂ ਪੱਕੀਆਂ ਕਰਾਈਆਂ ਜੀ, ਪੱਕੇ ਮਕਾਨ ਛੱਤ ਕੇ ਦਿੱਤੇ ਜੀ, ਬਾਕੀ ਲਾਈਟਾਂ ਲਵਾਈਆਂ ਜੀ। ਸ਼ਮਸ਼ਾਨ ਘਾਟ ਨਹੀਂ ਸੀ ਜੀ, ਪੱਕੀ ਸੜਕ ਪੁਆਈ, ਨਾਲ ਆਪਣੇ ਸ਼ਮਸ਼ਾਨ ਘਾਟ ਬਣਵਾਇਆ ਜੀ, ਬਾਕੀ ਔਰ ਫਿਰਨੀ ਸਾਰੀ ਪੱਕੀ ਕਰਾਈ ਜੀ। ਔਰ ਮੈਂ ਪੈਸੇ ਗਰਾਏ ਸੀ ਜੀ, ਉਹ ਪੈਸੇ ਮੇਰੇ ਜਮ੍ਹਾਂ ਹੋ ਗਏ, ਭੌਂ ਕੇ ਸਾਨੂੰ ਆਪਣਾ ਬੈਨ ਲੱਗ ਗਿਆ ਜੀ। ਵਾਟਰ ਸਪਲਾਈ ਵਾਸਤੇ ਮੈਂ ਪੈਸੇ ਗਰਾਏ ਸੀ ਜੀ, ਉਹਦਾ ਮੈਂ ਕੇਵਲ ਸਿੰਘ ਨੂੰ ਵਿਚਾਰੇ ਮੁੰਡੇ ਨੂੰ ਆਪਣੇ ਦੇ ਦਿੱਤੇ ਸਰਪੰਚ ਸਾਹਿਬ ਨੂੰ। ਬਾਕੀ ਹੋਰ ਨਿੱਕੇ ਨਿੱਕੇ ਕੰਮ, ਗਲੀਆਂ ਨਾਲੀਆਂ ਘਰਾਂ ਦੇ ਸਾਰੇ ਕੰਮ ਜੀ ਮੈਂ ਇੱਕ ਵੱਡੂ ਕੀਤੇ ਨੇ, ਕਿਸੇ ਨਾਲ ਬੁਰਾ ਕੰਮ ਨਹੀਂ ਕੀਤਾ ਜੀ, ਮੇਰੇ 'ਤੇ ਸਭ ਖੁਸ਼ ਨੇ ਜੀ। ਬੇਨਤੀ ਕਰਦੀ ਹਾਂ ਜੀ, ਮੱਕੀ ਦਾ ਅਤੇ ਬਾਸਪਤੀ ਦਾ ਭਾਅ ਵਧੀਆ ਕੀਤਾ ਜਾਵੇ, ਔਰ ਜ਼ਿਮੀਂਦਾਰਾਂ ਦਾ ਫਸਲਾਂ ਦਾ ਬੀਮਾ ਕੀਤਾ ਜਾਵੇ ਜੀ। ਜਿਹੜੇ ਜ਼ਿਮੀਂਦਾਰਾਂ ਦੇ ਪੈਸੇ ਕਮਾਦ ਦੇ ਨਹੀਂ ਦਿੰਦੇ, ਉਹ ਜ਼ਿਮੀਂਦਾਰਾਂ ਨੂੰ ਦਿੱਤੇ ਜਾਣ ਜੀ। ਵਡੇਪਾ ਪਿੰਛਣ, ਵਿਧਵਾ ਪਿੰਛਣ, ਅੰਗਹੀਣ ਪਿੰਛਣ, ਘੱਟੋ ਘੱਟ ਸਰਕਾਰ ਨੂੰ 2500 ਰੁਪਈਆ ਦੇਣੀ ਚਾਹੀਦੀ ਹੈ। ਔਰ ਬਿਜਲੀ ਪੰਜਾਬ ਦੀ ਬਹੁਤ ਮਹਿੰਗੀ ਹੈ, ਹਰਿਆਣੇ ਅਤੇ ਹਿਮਾਚਲ, ਦਿੱਲੀ ਉਹਨਾਂ ਦੇ ਬਰਾਬਰ ਕਰਾਉਣ। ਮਹਿੰਗਾਈ ਬਹੁਤ ਜ਼ਿਆਦਾ ਹੋ ਗਈ, ਆਮ ਲੋਕਾਂ ਦਾ ਬਹੁਤ ਮੁਸ਼ਕਲ ਹੋ ਗਿਆ ਜੀ। ਸਰਕਾਰ ਨੂੰ ਨੱਥ ਪਾਉਣੀ ਚਾਹੀਦੀ ਮਹਿੰਗਾਈ 'ਤੇ।